ਕਿਸਾਨਾਂ ਦੀਆਂ ਖੁਦਕੁਸ਼ੀਆਂ ਦਿਨ ਬਾ ਦਿਨ ਵਧਦੀਆਂ ਜਾ ਰਹੀਆਂ ਨੇ। ਜਿੱਥੇ ਕਿ ਕਿਸਾਨ ਕਰਜ਼ੇ ਤੋਂ ਪਹਿਲਾਂ ਅਧਮਰਿਆ ਹੋ ਚੁੱਕਿਆ ਹੈ, ਉੱਥੇ ਬਠਿੰਡਾ ਦੇ ਵਿੱਚ ਵੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਬਠਿੰਡਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਤਾਂ ਕਿਸਾਨਾਂ ਦੇ ਲਈ ਪੀਣ ਦਾ ਪਾਣੀ ਹੈ ਅਤੇ ਨਾ ਹੀ ਪਖਾਨਿਆਂ ਦੀ ਵਿਵਸਥਾ ਹੈ, ਅਤੇ ਮੰਡੀ ਦੀ ਸੜਕ ਵੀ ਪੂਰੀ ਤਰ੍ਹਾਂ ਦੇ ਨਾਲ ਟੁੱਟੀ ਹੋਈ ਹੈ। ਜ਼ਿਆਦਾਤਰ ਸ਼ਾਮ ਦੇ ਵਕਤ ਇੰਨੇ ਜ਼ਿਆਦਾ ਆਵਾਰਾ ਜਾਨਵਰ ਆ ਜਾਂਦੇ ਨੇ ਕਿ ਉਹਨਾਂ ਦੀ ਫਸਲ ਦਾ ਵੀ ਭਾਰੀ ਨੁਕਸਾਨ ਕਰਦੇ ਨੇ। ਚੰਦ ਸਿੰਘ, ਕਿਹੜੀ ਫਸਲ ਲੈ ਕੇ ਆਏ? ਮੈਂ ਤਾਂ ਸਰੋਂ ਲੈ ਕੇ ਆਇਆ। ਸਹੀ ਹੈ ਸਾਰੇ ਪ੍ਰਬੰਧ? ਨਹੀਂ, ਕੋਈ ਪ੍ਰਬੰਧ ਸਹੀ ਨਹੀਂ। ਕਿਸ ਤਰ੍ਹਾਂ ਦੇ ਪ੍ਰਬੰਧ ਲੱਗੇ? ਇਸ ਪ੍ਰਬੰਧ ਲੱਗੇ ਵੀ ਟੋਏ ਨਾ, ਲਾਈਟਾਂ ਹੈ ਨਹੀਂ, ਬਸ ਵੀ ਮਾਰਨ ਪਸੋ ਤੁਸੀਂ ਇਹ ਮਰਜ਼ੈਂਸੀ। ਸਹੀ ਹੈ, ਹਾਂ ਸੜਕਾਂ ਤੋਂ ਵਿਚਾਲਾ, ਅਸਲੀ ਸਹੀ ਤਾਂ ਹੈ ਨਹੀਂ, ਡੰਗ ਜਿਹਾ ਲਾਉਂਦੀਆਂ ਨੇ। ਅਸੀਂ ਸੁਣਿਆ ਪਸ਼ੂ ਵੀ ਆਏ ਰਾਤੀ। ਹਾਂ, ਪਸ਼ੂ ਤਾਂ ਬਹੁਤ ਨੇ, ਵਗ ਫਿਰਦਾ। ਕਿਹਦੀ ਡਿਊਟੀ ਬਣਦੀ ਹੈ ਇਹ? ਇੱਕ ਮਾਰਕੀਟ ਕਮੇਟੀ ਦੀ। ਕੋਈ ਕੰਮ ਨਹੀਂ ਕਰਦੇ? ਨਾ, ਇੱਥੇ ਜ਼ਿਮੀਂਦਾਰ ਬੈਠੇ ਨੇ ਆਪ। ਕੋਈ ਉਹਨਾਂ ਦਾ ਬੰਦਾ ਹੈਗਾ ਦਫ਼ਤਰ? ਕੀ ਪਤਾ ਵੀ ਆਪਾਂ ਨੂੰ ਹੈਗਾ ਕਿ ਆਪਾਂ ਤੁਹਾਨੂੰ ਇੱਥੇ ਬੈਠੇ ਦਫ਼ਤਰ 'ਚ? ਤੁਹਾਡੇ ਕੋਲ ਨਹੀਂ ਆਉਂਦਾ ਕਿਸੇ? ਕੋਈ ਨਾ, ਸਾਨੂੰ ਤਾਂ ਕੋਈ ਪਤਾ ਨਹੀਂ, ਕੋਈ ਸਮੱਸਿਆ ਹੈਗੀ ਨਾ? ਸਾਨੂੰ ਤਾਂ ਕੋਈ ਪੁੱਛਿਆ ਨਹੀਂ ਕਿਸੇ ਨੇ, ਨਾ ਕੋਈ ਵਾਇਆ ਵਿਚਾਰਿਆ ਪੁੱਛਣਾ, ਨਾ ਅਸੀਂ ਜਾਣਦੇ ਹਾਂ ਉਹਨੂੰ ਵੀ ਕੌਣ ਮਾਰ। ਨਰਸਿੰਘ ਸਿੰਘ ਜੀ, ਕੀ ਦੱਸਣਾ ਚਾਹੋਗੇ ਸਰ? ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਸਾਰਾ ਬੁਰਾ ਹਾਲ ਹੈ ਜੀ, ਨਾ ਕੋਈ ਲੈਟਰੀਨ ਜਾਂ ਜਿਹਦਾ, ਨਾ ਬਾਥਰੂਮ ਅਤੇ ਨਾ ਪੀਣ ਵਾਲੇ ਪਾਣੀ ਦਾ ਕੋਈ ਚੰਗਾ ਪ੍ਰਬੰਧ ਹੈ ਜੀ। ਟੁੱਟੀ ਆ ਮੰਡੀ ਪਿਆ, ਕਿੱਡੇ ਕਿੱਡੇ ਖੱਡੇ ਆ ਜੀ, ਸਾਰੀ ਫਸਲ ਖੱਡਿਆਂ 'ਚ ਰਲ ਜਾਂਦੀ ਹੈ ਜੀ। ਅਤੇ ਕੁਛ ਕੋਈ ਸਾਈਡ ਨਹੀਂ, ਉਹ ਬਾਹਰ ਫਸਲ ਲਾਈ ਪਈ ਹੈ ਜੀ, ਜੇ ਬਰਸਾਤ ਆ ਜੀ ਉਹਦਾ ਕੀ ਇੰਤਜ਼ਾਮ ਬਣੇ ਜੀ? ਪਤਾ ਕਿੰਨੀ ਮਿਹਨਤ ਕਰਕੇ ਜ਼ਿਮੀਂਦਾਰ ਕਮਾ ਕੇ ਲਿਆਉਂਦਾ ਜੀ ਇੱਥੇ, ਪਰ ਕੋਈ ਜ਼ਿਮੀਂਦਾਰ ਜੀ ਇੱਥੇ ਪੁੱਛ ਗਿੱਛ ਨਹੀਂ ਹੈ ਜੀ। ਪ੍ਰਸ਼ਾਸਨ ਨੂੰ ਚਾਹੀਦਾ ਜੀ ਸਾਰੇ ਇਹਨਾਂ ਗੱਲਾਂ ਵੱਲ ਧਿਆਨ ਦੇਵੇ, ਪੂਰੇ ਸਾਈਡ ਦਾ ਇੱਥੇ ਆ ਕੇ ਪਤਾ ਲੈਣ ਜੀ, ਹੈ ਜੀ। ਨਾ ਕੋਈ ਇੱਥੇ ਮਾਰਕੀਟ ਕਮੇਟੀ ਮੈਨੂੰ ਤਾਂ ਦਿੰਦੀ ਹੈ ਵੀ ਕਿਤੇ ਪਤਾ ਲੈਂਦੀ ਹੈ ਜੀ। ਕੋਈ ਨਹੀਂ ਦਿਖਿਆ ਸਾਨੂੰ ਤਾਂ ਬੰਦਾ ਜੀ, ਕੋਈ ਮੁਲਾਜ਼ਮ ਅਸੀਂ ਤਾਂ ਮੈਂ ਤਾਂ ਦੇਖਿਆ ਨਹੀਂ ਜੀ ਇੱਥੇ ਵੀ ਇੱਥੇ ਆਏ ਕੋਈ ਦੇਖਭਾਲ ਕਰਦੇ ਜੀ। ਕਿਸਾਨ ਬੜਾ ਬੁਰਾ ਹਾਲ ਹੈ, ਤਾਂ ਹੀ ਤਾਂ ਤੰਗ ਹੈ ਜੀ, ਤਾਂ ਹੀ ਤਾਂ ਮਰਦਾ ਜੀ, ਕਿਉਂਕਿ ਚੰਗਾ ਭਾਅ ਨਹੀਂ ਮਿਲਦਾ ਜੀ। ਪਸ਼ੂ ਬਹੁਤ ਹੈਰਾਨ ਕਰਦੇ ਆ ਜੀ, ਪਸ਼ੂ ਦਾ ਬੁਰਾ ਹਾਲ ਹੈ। ਇੱਕ ਪਸ਼ੂ ਦੱਸ, ਦੂਜਾ ਮੱਛਰ ਇੱਥੇ ਬੁਰਾ ਹਾਲ ਕਰਨ ਦਾ ਕਿਸਾਨ ਦਾ ਜੀ। ਇੱਕ ਪਸ਼ੂ ਇਹ ਮਾਰਕੀਟ ਕਮੇਟੀ ਵਾਲਿਆਂ ਦੀ ਬਣਦੀ ਆ ਜੀ ਸਾਰੀ। ਕਿੰਨੀ ਫੀਸ ਲੈਂਦੇ ਜੀ ਸਾਥੋਂ, ਕਿੰਨਾ ਕੱਟਦੇ ਆ ਤੁਸੀਂ ਹਿਸਾਬ ਲਾ ਲਓ ਜੀ, ਅਤੇ ਪਰ ਸਾਡਾ ਬੁਰਾ ਹਾਲ ਹੈ ਫਿਰ ਵੀ। ਮੇਰਾ ਫੋਨ ਨਿਸ਼ਾ ਸਿੰਘ ਜੀ। ਕਿੱਥੇ ਡਿਊਟੀ ਹੈ ਤੁਹਾਡੀ? ਬਾਥਰੂਮਾਂ 'ਚ ਜੀ। ਅੱਛਾ, ਇੱਥੇ ਫੀਸ ਲੈ ਰਹੇ ਹੋ ਤੁਸੀਂ? ਨਹੀਂ ਜੀ, ਫੀਸ ਕੋਈ ਨਹੀਂ ਲੈ ਰਹੇ। ਸਾਰੇ ਕਿਸਾਨ ਦੱਸ ਰਹੇ ਕਿ 5 ਰੁਪਏ ਲੈ ਰਹੇ ਹੋ ਫੀਸ? ਫੀਸ ਉਹ ਤਾਂ ਉਹਨਾਂ ਦੇ ਸਪਾਈ ਦੇ, ਅਸੀਂ ਲਿਆਉਂਦੇ ਹਾਂ ਸਮਾਨ ਜੀ। ਹਾਂ ਹਾਂ, ਉਹਦੇ ਬਾਰੇ ਕਿੰਨੇ ਪੈਸੇ ਲੈਂਦੇ ਹੈ? 5 ਰੁਪਏ ਲੈਂਦੇ ਹਾਂ। ਸਰਕਾਰੀ ਰੇਟ ਹੈ ਜਾਂ? ਨਾ ਨਾ, ਸਰਕਾਰੀ ਕੋਈ ਰੇਟ ਨਹੀਂ। ਤੁਹਾਨੂੰ ਕਿਹਾ ਮਾਰਕੀਟ ਕਮੇਟੀ ਨੇ? ਹਾਂ, ਮਾਰਕੀਟ ਕਮੇਟੀ ਨੇ ਕਿਹਾ। ਕੀ ਕਿਹਾ? ਹੈ ਕੀ ਕਿਹਾ ਤੁਹਾਨੂੰ? ਅਸੀਂ ਕਿਹਾ ਜੀ 5 ਰੁਪਏ ਲੈਣੇ ਹਾਂ ਬਸ। ਹਾਂ, ਕਿੰਨਾ ਵੱਲੋਂ ਹੁਕਮ ਹੈ ਇਹ? ਹੈਂ, ਕਿੰਨਾ ਵੱਲੋਂ ਹੁਕਮ ਹੈ? ਇਹ ਠੇਕੇਦਾਰ ਹੁਕਮ ਨਹੀਂ, ਉਹ ਹੁਕਮ ਠੇਕੇਦਾਰ। ਹੈਂ, ਠੇਕੇਦਾਰ ਉਹਦਾ? ਮੈਂ ਤਾਂ ਨਾਂ ਤਾਂ ਜਾਣਦਾ ਨਹੀਂ, ਮੈਂ ਤਾਂ ਨਵਾਂ ਆਇਆ ਜੀ। ਹਾਂ, ਮੈਨੂੰ ਤਾਂ ਕੋਈ ਪਤਾ ਨਹੀਂ ਹੈ ਇਹਦਾ। ਪਰ ਦਫ਼ਤਰ ਵਾਲੇ ਕਹਿ ਕੇ ਗਏ ਸੀ ਪੈਸੇ ਲੈਣੇ? ਕੌਣ ਕਹਿ ਕੇ ਗਿਆ ਬੋਲੇ? ਹੈਂ, ਕੌਣ ਕਹਿ ਕੇ? ਉਸਕਾ ਨਾਮ ਨਹੀਂ ਜਾਣਦਾ ਜੀ ਮੈਂ। ਮੇਲਾ ਸਿੰਘ ਜੀ, ਕੀ ਦੱਸਣਾ ਚਾਹੋਗੇ? ਮੈਂ ਦੱਸਣਾ ਇਹੀ ਚਾਹੂੰਗਾ ਜੀ ਵੀ ਮਤਲਬ ਜਿਹੜੀ ਇਹ ਰੋਡ ਆ ਹਾਜੀ ਰਤਨ ਵਾਲੀ ਦਾਣਾ ਮੰਡੀ ਦੇ ਵਿੱਚ, ਇਹ ਮਤਲਬ ਇਹ ਸੜਕ ਬਣਨੀ ਜ਼ਰੂਰੀ ਹੈ। ਹੈ ਜੀ, ਇਹ ਜਿਵੇਂ ਮਤਲਬ ਹੁਣ ਕਣਕ ਦਾ ਸੀਜ਼ਨ ਆ ਗਿਆ, ਮੀਂਹ ਦੇ ਵਿੱਚ ਪਾਣੀ ਦੇ ਵਿੱਚ ਜਦੋਂ ਕਣਕ ਪਾਣੀ ਪੈ ਜਾਂਦਾ ਹੈ, ਉਦੋਂ ਰੁੜ ਰੁੜ ਕੇ ਸੀਵਰਾਂ ਦੇ ਵਿੱਚ ਜਾਈ ਜਾਂਦੀ ਹੈ। ਆ ਪਿਛਲੇ ਸਾਲ ਪਿਛਲੇ ਜਾ ਭਿੱਜ ਗਈ ਸੀ, ਘੱਟ ਤੋਂ ਘੱਟ ਜ਼ਿਮੀਂਦਾਰ ਦੀ ਗਰੀਬ ਬੰਦਾ ਸੀ ਵਿਚਾਰਾ, ਪਤੀ 4 ਕਿੱਲੇ ਪਤੀ 5 ਕਿੱਲੇ ਸੀਗੇ ਉਹ, ਮੇਰਾ ਖਿਆਲ ਦੇ ਵਿੱਚ ਘੱਟ ਤੋਂ ਘੱਟ ਵੀ 5-6 ਕੁਇੰਟਲ ਉਹਦੀ ਕਣਕ ਖਰਾਬ ਹੋ ਚੁੱਕੀ। ਬਾਕੀ ਬੰਸਲ ਜੀ ਨੂੰ, ਪ੍ਰਧਾਨ ਜੀ ਨੂੰ ਵੀ ਮਿਲੇ ਸੀਗੇ
ਵੀ ਇਹ ਸੜਕ ਜਿਹੜੀ ਹੈ ਤੁਸੀਂ ਵੀ ਹੈਲਪ ਕਰੋ। ਮੈਂ ਤਾਂ ਕਰ ਹੀ ਰਿਹਾ ਵੀ ਘੱਟ ਤੋਂ ਘੱਟ ਵੀ ਮੈਂ 35 ਲੈਟਰ ਜਿਹੜੇ ਹੈਗੇ ਆ ਸਿੱਟ ਚੁੱਕਿਆ। ਮੈਂ DC ਸਾਹਿਬ ਨੂੰ ਵੀ ਬੇਨਤੀ ਇਹੀ ਕਰਦਾ ਵੀ ਇਹ ਛੇ ਤੋਂ ਛੇ ਜਿਹੜਾ ਹੈਗਾ ਸੜਕ ਦਾ ਮੁੱਦਾ ਦਾਣਾ ਮੰਡੀ ਅਤੇ ਹਾਜੀ ਰਤਨ ਰੋਡ ਸਿੱਧਾ FCI ਦੇ ਡਿਪੂ ਦੇ ਕੋਲ ਦੀ ਸਿੱਧਾ FCI ਡਿਪੂ ਨੂੰ ਜਾਂਦਾ ਸੜਕ ਵੀ ਉੱਥੋਂ ਲਾਈਨ ਤੱਕ ਮਤਲਬ ਇਹ ਸੜਕ ਬਣਨੀ ਚਾਹੀਏ। ਕਿੰਨਾ ਕਿੰਨਾ ਨੂੰ ਦਿੱਤੇ ਲੈਟਰ? ਇਹ DC ਸਾਹਿਬ ਨੂੰ ਵੀ ਦਿੱਤੇ ਆ ਜੀ 2, ਅਤੇ ਸਿੰਗਲਾ ਸਾਹਿਬ ਨੂੰ ਵੀ ਦਿੱਤਾ ਸੀਗਾ ਅਤੇ ਉਦੋਂ MLA ਸੀਗੇ, ਅਤੇ ਆਪਣਾ ਇਹ ਮੇਹਰ ਸਾਹਿਬ ਨੂੰ ਵੀ ਮਤਲਬ ਦਿੱਤੇ ਸੀਗੇ ਲੈਟਰ, 2 ਲੈਟਰ ਆਪਣਾ ਇਹਨਾਂ ਨੂੰ ਵੀ ਦਿੱਤੇ ਆ। ਇਹ ਆਪਣਾ ਇਹ ਹਾਂ ਨਹੀਂ ਇਹਨਾਂ ਨੂੰ ਦਿੱਤੇ, ਨਹੀਂ ਨਹੀਂ ਇਹਨਾਂ ਨੂੰ ਦਿੱਤੇ, ਇਹਨਾਂ ਕੋਲ ਅੱਜ ਹੀ ਗੱਲ ਹੋਈ ਆ ਸਰ। ਐਵੇਂ ਮੈਂ ਝੂਠ ਮਾਰਦਾ ਵੀ ਪਹਿਲਾਂ ਵੀ ਮੇਰੀ ਗੱਲ ਹੋਈ ਹੈ। ਹਾਂ ਮਨਪ੍ਰੀਤ ਬਾਦਲ ਨੂੰ ਜਿਹੜੇ ਆਏ ਸੀਗੇ ਇਹਨਾਂ ਨੂੰ ਵੀ 2 ਲੈਟਰ ਦੇ ਚੁੱਕਿਆ ਮੈਂ। ਹਾਂਜੀ ਹਜੇ ਸੁਧਾਰ ਕੁਛ ਨਹੀਂ ਹੋਇਆ ਹਜੇ। ਇਹ ਦੇਖੋ ਜੀ ਉਹ ਕਹਿੰਦੇ ਫੰਡ ਨਹੀਂ ਆਇਆ, ਫੰਡ ਨਹੀਂ ਆਇਆ, ਉਹ ਕੀ ਪਤਾ ਇਹਨਾਂ ਦਾ ਫੰਡ ਕਦੋਂ ਆਊਗਾ। ਇਹ ਘੱਟ ਤੋਂ ਘੱਟ ਵੀ 50-40 ਸਾਲ ਹੀ ਹੋ ਗਏ ਹਜੇ ਤੱਕ ਸੜਕ ਨਹੀਂ ਬਣੀ। ਤੁਸੀਂ ਕਿੱਥੇ ਕੰਮ ਕਰਦੇ ਹੋ? ਮੈਂ ਜੀ FCI ਡਿਪੂ ਦੇ ਵਿੱਚ ਕੰਮ ਕਰਦਾ ਹਾਂ। ਇਹ ਮੈਂ ਸੇਵਾਦਾਰ ਹਾਂ ਜੀ ਭਾਰਤ ਭੂਸ਼ਣ ਦਾ। ਹਾਂ ਹਾਂਜੀ ਸਰਕਾਰੀ। ਬਾਕੀ ਮੈਂ ਸਰਕਾਰ ਨੂੰ ਬੇਨਤੀ ਇਹੀ ਸੈਂਟਰ ਸਰਕਾਰ ਨੂੰ ਬੇਨਤੀ ਇਹ ਕਰਦਾ ਵੀ ਸਾਡੀ ਤਨਖਾਹ ਵੀ ਬਣਨੀ ਚਾਹੀਦੀ ਹੈ, 10-11 ਹਜ਼ਾਰ ਦਾ ਕੁਛ ਨਹੀਂ ਬਣਦਾ। ਮੰਡੀ 'ਚ ਹੋਰ ਕੀ ਕੀ ਕਮੀਆਂ? ਮੰਡੀ ਦੇ ਵਿੱਚ ਪਾਣੀ ਦੀਆਂ ਕਮੀਆਂ ਬਹੁਤ ਹੈ ਜੀ। ਇਹ ਕਹਿੰਦੇ ਵੀ ਅਸੀਂ ਪਾਣੀ ਦੇ ਇੰਨਾ ਕੁਛ ਕਰਤਾ, ਜੇ ਕਰਤਾ ਵੋ ਕਰਤਾ, ਕੁਛ ਨਹੀਂ ਕੀਆ। ਇੱਕ ਟੈਂਕੀਆਂ ਜਾਂ ਉੱਥੇ ਲੱਗੀਆਂ ਹੋਈਆਂ 2 ਕ ਇਹ ਘੱਟ ਤੋਂ ਘੱਟ ਵੀ ਉੱਥੇ ਟੈਂਕੀਆਂ ਲੱਗਣੀਆਂ ਚਾਹੀਦੀਆਂ, ਅੱਧਲੇ ਖੂੰਜੇ 'ਤੇ ਲੱਗਣੀਆਂ ਚਾਹੀਦਾ ਜਿਵੇਂ ਆਹ ਹੈ, ਇੱਥੇ ਘੱਟ ਤੋਂ ਘੱਟ ਵੀ 12-13 ਟੈਂਕੀਆਂ ਤਾਂ ਲੱਗਣੀਆਂ ਚਾਹੀਦੀਆਂ। ਉਹ 1-2 ਟੈਂਕੀਆਂ ਤਾਂ ਕੁਛ ਨਹੀਂ ਹੁੰਦਾ ਜੀ। ਹਾਂ ਲੈਟਰਿੰਗ ਬਾਥਰੂਮ ਤਾਂ ਸਾਹਮਣੇ ਠੀਕ ਹੈ ਜੀ ਉਹ। ਹਾਂ ਬਾਕੀ ਕਮੀਆਂ ਇਹੀ ਆ ਵੀ ਪਾਣੀ ਦਾ ਇੰਤਜ਼ਾਮ ਪੂਰਾ ਹੋਣਾ ਚਾਹੀਦਾ। ਉਹ ਕਹਿੰਦੇ ਜੀ ਹਾਂ ਜੀ ਠੀਕ ਹੈ, ਬਹੁਤ ਕੁਛ ਹੈ, ਪਾਣੀ ਹੈ ਅਤੇ ਲੋਕ ਭਤਿਆਏ ਵੀ ਬਹੁਤ ਮਰਦੇ। ਸੜਕਾਂ ਦਾ ਜੀ ਬਸ ਬਹੁਤ ਬੁਰਾ ਹਾਲ ਹੈ। ਹਾਂਜੀ ਸਾਫ਼ ਸਫਾਈ ਹੁੰਦੀ ਆ, ਸਾਫ਼ ਸਫਾਈ ਰੋਜ਼ ਹੀ ਕਰਦੇ ਆ। ਅਤੇ ਬਸ ਆਪਣੀ ਤਾਂ ਬੇਨਤੀ ਇਹੀ ਹੈ, ਆਪਣਾ ਮਨਪ੍ਰੀਤ ਨੂੰ ਬੇਨਤੀ ਇਹੀ ਕਰਦੇ ਹਾਂ ਵੀ ਸੜਕ ਜਿਹੜੀ ਹੈਗੀ ਹੈ ਇਹ 6-6 ਮਤਲਬ ਇਹਦਾ ਉਦਘਾਟਨ ਕੀਤਾ ਜਾਵੇ, ਅਤੇ ਬਹੁਤ ਬਹੁਤ ਮਿਹਰਬਾਨੀ ਹੈ ਇਹਨਾਂ ਦੀ। ਅਤੇ ਕੁੜੀਆਂ ਬੁੜੀਆਂ ਵਿਚਾਰੀਆਂ ਬਹੁਤ ਔਖੀਆਂ ਨੇ, ਜਦੋਂ ਮੀਂਹ ਪੈਂਦਾ ਗੋਡੇ ਗੋਡੇ ਪਾਣੀ ਖੜ ਜਾਂਦਾ, ਵਿਚਾਰੀਆਂ ਕੱਪੜਾ ਤਾਹਾਂ ਚੱਕਦੀਆਂ, ਉਹ ਆਪ ਨੂੰ ਸ਼ਰਮ ਆਉਂਦੀ ਹੈ ਵੀ ਯਾਰ ਇਹ ਕੰਮ ਠੀਕ ਨਹੀਂ ਗਾ। ਸਰਕਾਰ ਪਤਾ ਨਹੀਂ ਕਿੱਥੇ ਬੈਠੀ, ਸਹੀ ਗੱਲ ਸਰਕਾਰ ਨੂੰ ਫਰਜ਼ ਬਣਦਾ ਹੈ। ਉਹ ਉਦੋਂ ਵੀ ਦਿਖਾਈ ਆ ਮਨਪ੍ਰੀਤ ਜੀ, ਆਹ ਦੇਖੋ ਜੀ ਹਾਲਾਤ ਇਹਨਾਂ ਦੇ ਕਿੰਨੇ, ਉਹ ਕਹਿੰਦੇ ਠੀਕ ਆ ਬੰਦ। ਅੱਜ ਕਹਿ ਕੇ ਗਏ ਕਿ ਸਾਰਾ ਪ੍ਰਬੰਧ ਵਧੀਆ। ਹਾਂਜੀ ਫਿਰ ਇਹ ਝੂਠ ਹੈ ਜਾਂ ਕਿਵੇਂ? ਇਹ ਪ੍ਰਬੰਧ ਕਿਹੜੇ ਪਾਸੇ ਆ ਜੀ? ਆਪ ਹੀ ਦੱਸੋ, ਗੇੜਾ ਮਾਰ ਕੇ ਦੇਖ ਲਓ। ਘੱਟ ਹੈ ਘੱਟ ਹੈ ਨਹੀਂ ਕੀ ਗੱਪ ਮਾਰੀ ਇਹਨਾਂ ਨੇ? ਉਹ ਗੱਪ ਹੀ ਆ, ਹੋਰ ਕਿਆ। ਇਹ ਤਾਂ ਤੁਸੀਂ ਆਪ ਤੁਰ ਫਿਰ ਕੇ ਦੇਖ ਲਓ, ਉਹ ਮੈਨੂੰ ਕੀ ਪੁੱਛਦੇ ਹੋ। ਸਹੀ ਗੱਲ ਹੈ, ਤੁਸੀਂ ਆਪ ਹੀ ਇੰਕੁਆਇਰੀ ਕਰ ਲਓ ਵੀ ਇਹ ਇੰਤਜ਼ਾਮ ਪੂਰਾ ਹੈ ਜਾਂ ਨਹੀਂ ਹੈ। ਇਹ ਤਾਂ ਤੁਸੀਂ ਆਪ ਖੁਦ ਹੀ ਆਪ ਹੀ ਦੇਖ ਲਓ ਵੀ ਟੈਂਕੀਆਂ ਪਾਣੀ ਵਾਲੀਆਂ ਕਿੱਥੇ ਕਿੱਥੇ ਲੱਗੀਆਂ, ਠੀਕ ਹੈ, ਜਾਂ ਉੱਥੇ ਲੱਗੀ ਜਾਂ ਉੱਧਰ ਲੱਗੀ ਹੈ। ਇਹ ਤਾਂ ਤੁਸੀਂ ਆਪ ਹੀ ਇੰਕੁਆਇਰੀ ਕਰ ਸਕਦੇ ਹੋ, ਮੈਥੋਂ ਤਾਂ ਕੀ ਪੁੱਛਦੇ ਹੋ ਜੀ? ਮੇਰਾ ਵਿਜੇ ਕੁਮਾਰ ਦਾਸ ਹੈ। ਕੌਣ ਸੀ ਮੰਡੀ ਹੈ? ਹਮ ਲੋਕ ਦਾਣਾ ਮੰਡੀ ਗ੍ਰੀਨ ਮਾਰਕੀਟ ਹੈ ਬਠਿੰਡਾ। ਕਿਆ ਸਮੱਸਿਆ ਆ ਰਹੀ? ਹਮ ਲੋਕ ਯਹਾਂ ਕਾਮ ਕਰਤੇ ਹੈ, 4 ਦਿਨ ਹੋ ਗਿਆ ਕੰਨਾ ਕਾਨੇ ਕਾ, ਇਸਕੋ ਸੁਕਾਤੇ ਹੈ ਹਮ ਲੋਕ, ਕਿਉਂ ਮਜ਼ਦੂਰੀ ਤਾਂ ਮਿਲਤਾ ਨਹੀਂ ਇਸਕਾ, ਸਿਰਫ ਮਿਹਨਤ ਹੀ ਮਿਹਨਤ ਹਮ ਲੋਕ ਕਾ ਹੈ। ਤੋ ਜਿਸ ਦਿਨ ਤੋਲੇਗਾ ਉਸ ਦਿਨ ਹਮ ਲੋਕ ਕੋ ਮਜ਼ਦੂਰੀ ਮਿਲੇਗਾ, ਔਰ ਨਾਨੇ ਉਹਨੇ ਜਾਤੇ ਹੈ ਲੈਟਰਿਨ ਜਾਤੇ ਤਾਂ ਹਮ ਲੋਕ ਕੋ 5 ਰੁਪਿਆ ਐਕਸਟਰਾ ਲਗਤਾ ਹੈ। ਆਰਤੀ ਕਾ ਤਰਫ ਸਭ ਕੁਛ ਨਹੀਂ ਹੈ ਹਮ ਲੋਕ ਕਾ, ਚਾਏ ਵੀ ਨਹੀਂ ਮਿਲਤਾ ਹਮ ਲੋਕ ਕੋ, ਕਾਮ ਕਰੇਗਾ ਫਿਰ ਪੈਸੇ ਮਿਲੇਗਾ। ਮਾਰਕੀਟ ਕਮੇਟੀ ਕੀ ਤਰਫ ਸੇ ਕੁਛ ਕੀਆ ਜਾਤਾ ਆਪਕੇ ਲਿਏ? ਨਹੀਂ ਨਹੀਂ ਨਹੀਂ, ਉਹ ਲੋਕ ਤਾਂ ਆਤਾ ਹੈ ਸਿਰਫ ਪਾਣੀ ਭਰ ਕੇ ਚਲਾ ਜਾਤਾ ਝਾੜੂ ਮਾਰ ਕੇ ਸੜਕ ਪਰ, ਔਰ ਉਸਕਾ ਕੋਈ ਡਿਊਟੀ ਨਹੀਂ ਹੈ। ਜਿਸ ਟਾਈਮ ਬੋਲੀ ਆਤਾ ਹੈ
बोली करा के बस चला जाता वो लोग। कोई मुलाजिम तैनात है यहाँ उनका? कुछ नहीं आता, एक तो बस लेटरिन बाथरूम का ठेकेदार है, वो आता है सड़क साफ करा के चला जाता है, उसको बाकी और किसी से कोई मतलब नहीं है क्या कराना नहीं कराना है। सड़कें वगैरह टूटी हुई है या क्या? सही है, ऐसे ही कल साफ करा के गया ये, पर अपने पीछे भी देख लो कितना कचरा है। टूटी हुई है सड़कें? पूरा टूटा हुआ है, बस गर्म पानी मिलता है, ना कोई बर्फ ना कुछ ना कोई फ्रिज। कोई प्रबंध नहीं, कोई पानी का प्रबंध नहीं, कोई लैटरिन बाथरूम कोई नहीं, ये थी सारी समस्या ही है। ये सड़क सड़क थोड़े सामने देख लो जी की हाल है, सड़क टूटी है, हाँ टूटे पे जी थोड़े सामने देख लो जी आप की हाल है। अच्छा जी, तो कणक ले आए हो तो डुल्ली भी होगी कणक वगैरह कुछ? हाँ देख लो जी कच्चे फाड़ा जी बिच मिट्टी के बिच रली जाती है जी। मच्छर खाई खुडा फट फट के ਪਸ਼ੂ ਬਥੇਰੇ ਆ, ਉਹ ਖਾਈ ਜਾਂਦੇ ਸਾਰੀ ਰਾਤ, ਡਾਂਗ ਲੈ ਕੇ ਤੁਰੇ ਫਿਰਦੇ ਹੈਗੇ। ਅੱਛਾ, ਪਾਣੀ ਕੁੱਤੇ ਜਿੱਦਾਂ ਮਿਲ ਰਿਹਾ ਹੈਗਾ, ਪਿਛਲੇ ਸਾਲ ਇਹੀ ਜੌਂ 16-10 ਰੁਪਏ ਵਿੱਚ ਵਿਕੇ ਸੀ, ਐਤਕੀ 1200-1500 ਰੁਪਏ ਵਿਕੇ ਵਿਕੇ। ਮਾਰਕੀਟ ਕਮੇਟੀ ਵੱਲੋਂ ਕੋਈ ਪੁਖਤਾ ਪ੍ਰਬੰਧ? ਮਾਰਕੀਟ ਕਮੇਟੀ ਨੇ ਕਰਨਾ ਜੀ, ਪ੍ਰਬੰਧ ਪਸ਼ੂਆਂ ਦਾ ਕਰੂ ਤਾਂ ਮਾਰਕੀਟ ਕਮੇਟੀ ਕਰੂਗੀ, ਕੋਈ ਪ੍ਰਬੰਧ ਨਹੀਂ ਇੱਥੇ ਪਸ਼ੂਆਂ ਦਾ, ਰਾਤ ਨੂੰ ਪਸ਼ੂ ਖਾਈ ਜਾਂਦੇ ਆ, ਦਿਨੇ ਖਾਈ ਜਾਂਦੇ ਆ। ਕੋਈ ਇੰਤਜ਼ਾਮ ਕੀਤਾ ਹੋਇਆ ਬਰਸਾਤ ਦਾ ਮੌਸਮ ਹੋ ਰਿਹਾ? ਬਰਸਾਤ ਦਾ ਕੋਈ ਕਿਹੜਾ ਮੌਸਮ, ਆੜਤੀ ਹੈ ਵਿਚਾਰੇ, ਇਹਨਾਂ ਕੋਲ ਪੱਲੜੇ ਪਾ ਦੇਣਗੇ ਉੱਥੇ, ਹੋਰ ਕਿਹੜਾ ਇਹਨਾਂ ਕੋਲ ਸ਼ੈੱਡ ਬਣਿਆ ਇੱਥੇ। ਇਹ ਸੜਕਾਂ ਸਹੀ ਹੈ ਜੀ? ਬਿਲਕੁਲ ਟੁੱਟੀਆਂ ਸੜਕਾਂ, ਟੁੱਟੀ ਆ ਸਾਹਮਣੇ, ਟੁੱਟੀ ਤਾਂ ਪਈ ਤੁਹਾਡੇ ਸਾਹਮਣੇ। ਲਿਆਉਂਦੇ ਟਾਈਮ ਨੁਕਸਾਨ ਹੋਇਆ ਫਸਲ ਦਾ? ਫਸਲ ਦਾ ਨੁਕਸਾਨ ਤਾਂ ਜੀ ਹੁੰਦਾ ਹੀ ਰਹਿੰਦਾ, ਇੱਥੇ ਕਿੰਨੇ ਵਾਰੀ ਟਰੈਕਟਰ ਟਰਾਲੀਆਂ ਉਲਟੇ ਆ। ਅਤੇ ਟੋਇਲਟ ਬਾਥਰੂਮ? ਬਾਥਰੂਮ ਇੱਥੇ ਕੋਈ ਨਹੀਂ ਜੀ ਤੜਕੇ, ਉਹ ਉੱਥੇ ਇੱਕ ਲੈਟਰਿੰਗ ਬਣੀਆਂ, ਉਹ 5 ਰੁਪਏ ਮੰਗਦਾ ਗਾ ਜਿਹੜੇ ਲੈਟਰਿੰਗ ਜਾਣ ਦੇ, ਉਦੋਂ ਬਾਅਦ 2 ਘੰਟੇ ਖੋਲਦੇ, ਉਦੋਂ ਬਾਅਦ ਬੰਦ ਕਰਕੇ ਕਰਨ ਨੂੰ ਨਹੀਂ, ਹੁਣ ਕਿਸੇ ਨੇ ਜਾਣਾ ਉਹ ਬੰਦ ਹੈ। ਪੀਣ ਲਈ ਪਾਣੀ? ਪੀਣ ਲਈ ਪਾਣੀ ਵੀ ਹੈ ਨਹੀਂ ਇੱਥੇ ਤਾਂ, ਕੋਈ ਆਹ ਟੈਂਕੀ ਜੀ ਪਈ ਹੈ ਇੱਕ, ਜੇ ਜਿੰਨਾ ਚਿਰ ਰਿਹਾ ਜੇ ਮੁੱਕ ਗਿਆ ਉਦੋਂ ਬਾਅਦ ਕੋਈ ਸਵੇਰੇ ਆਊਗਾ ਕੱਲ ਨੂੰ। ਕਿੰਨਾ ਟਾਈਮ ਹੋ ਗਿਆ ਫਸਲ ਲਿਆਉਂਦੇ ਨੂੰ? ਫਸਲ ਲਿਆਉਂਦੇ ਨੂੰ ਇੱਥੇ? ਹਾਂਜੀ, ਅੱਜ ਤਾਂ ਫਸਲ ਦਾ ਸੁਬਾਹ ਲੈ ਕੇ ਆਉਂਦੀ ਹੈ ਜੀ। ਅੱਛਾ, ਦਾ ਹੀ ਹਾਲ ਹੀ ਹੈ। ਹਾਂਜੀ, ਜਦੋਂ ਦੀ ਮੰਡੀ ਬਣੀ ਹੈ ਉਹ ਹੀ ਹਾਲ ਹੀ ਹੈ। ਫੋਕੇ ਬਾਅਦ ਹੀ ਹੈ? ਫੋਕੇ ਬਾਅਦ ਹੀ ਹੈ, ਇੱਥੇ ਕੋਈ ਨਹੀਂ, ਕੋਈ ਪਸ਼ੂਆਂ ਦਾ ਇੰਤਜ਼ਾਮ ਨਹੀਂ, ਕੋਈ ਡੰਗਰਾਂ ਦਾ ਇੰਤਜ਼ਾਮ ਨਹੀਂ, ਕਾਹੇ ਦਾ ਨਹੀਂ ਗਾ। ਮਾਰਕੀਟ ਕਮੇਟੀ ਵੱਲੋਂ? ਉਹਨਾਂ ਨੇ ਹਾਲੇ ਤੁਹਾਨੂੰ ਪਤਾ ਨਹੀਂ ਮਾਰਕੀਟ ਕਮੇਟੀ ਇੰਨੀ ਹੋਊ, ਨਗਰ ਕੌਂਸਲ ਹੋਣੀ ਕਿੰਨੀ ਇੰਨੀ ਹੋ, ਕਿਹਦੀ ਇੰਨੀ ਹੋ, ਮਾਰਕੀਟ ਕਮੇਟੀ ਦੇ? ਹਾਂ, ਡੰਗਰਾਂ ਦਾ ਕੋਈ ਇੰਤਜ਼ਾਮ ਨਹੀਂ ਇੱਥੇ। ਵੈਸੇ ਤਾਂ ਉਧਰ ਪੁਖਤਾ ਪ੍ਰਬੰਧ ਕੀਏ ਗਏ ਥੇ, ਅਗਰ ਪ੍ਰੋਬਲਮ ਆ ਰਹੀ ਹੈ ਤੋ ਹਮ ਲੋਗ ਇਸਕੋ ਆਜ ਹੀ ਚੈੱਕ ਕਰਾ ਲੇਤੇ ਕਿ ਐਗਜੈਕਟਲੀ ਕਿਆ ਪ੍ਰੋਬਲਮਸ ਆ ਰਹੀ ਹੈ ਉਨਕੋ, ਐਂਡ ਵੀ ਵਿਲ ਇਨਸ਼ੋਰ ਕਿ ਕਿਸੀ ਵੀ ਫਾਰਮਰ ਕੋ ਕਿਸੀ ਤਰ੍ਹਾਂ ਕੀ ਕੋਈ ਤਕਲੀਫ ਨਾ ਆਏ। ਟੋਇਲਟ ਬਾਥਰੂਮ ਨਹੀਂ ਹੈ, ਆਵਾਰਾ ਪਸ਼ੂ ਹੈ, ਅਗਰ ਹੈ ਵੀ ਵਹਾਂ ਪੇ ਤੋ ਪੈਸੇ ਚਾਰਜ ਕੀਏ ਜਾ ਰਹੇ ਹੈ ਫਾਰਮਰ ਕੋ 5 ਰੁਪਏ? ਆਈ ਵਿਲ ਗੈਟ ਦਿਸ ਚੈੱਕਡ, ਮੈਂ ਹਮ ਹੀ ਚੈੱਕ ਕਰਾ ਲੂੰਗੀ ਇਸਕੋ। ਮੈਮ ਆਵਾਰਾ ਪਸ਼ੂ ਆ ਜਾਤੇ ਹੈ ਉਸਕੋ? ਆਵਾਰਾ ਪਸ਼ੂ ਕੇ ਲਈ ਹਮਨੇ ਕਾਰਪੋਰੇਸ਼ਨ ਕੋ ਵੀ ਲਿਖਾ ਹੁਆ ਹੈ, ਅਗਰ ਫਿਰ ਵੀ ਪ੍ਰੋਬਲਮ ਪਰਸਿਸਟ ਕਰ ਰਹੀ ਹੈ ਤੋ ਹਮ ਇਸਕੋ ਚੈੱਕ ਕਰਾ। ਮੈਮ ਜੋ ਰੋਡ ਡੈਮੇਜ ਹੈ? ਰੋਡ ਡੈਮੇਜ ਕਾ ਹਮਨੇ ਐਸਟੀਮੇਟ ਬਣਾ ਕੇ ਉੱਪਰ ਭੇਜਾ ਹੁਆ ਹੈ, ਜਬ ਵੋ ਅਪਰੂਵ ਹੋ ਜਾਏਗਾ ਤੋ ਹਮ ਉਸਕੋ ਐਗਜ਼ੀਕਿਊਟ ਕਰਾ ਦੇਂਗੇ। ਬਠਿੰਡਾ ਤੋਂ ਜੁਗਨੂ ਸ਼ਰਮਾ ਦੀ ਰਿਪੋਰਟ।